आप सबनों सत श्री अकाल। अज असी फिर हाजिर हुए हाँ तुहाडे लई एक नवी वीडियो लैके। अज असी इस वीडियो दे विच गल करांगे डेबिट कार्ड ते क्रेडिट कार्ड दे फर्क दी। साडे चों बहुतियां नूं डेबिट कार्ड की हुंदा है ते क्रेडिट कार्ड की हुंदा है इस दे फर्क बारे जानकारी नहीं हैगी। इस लई अज असी तुहानूं डिटेल दे विच दसांगे कि डेबिट कार्ड की हुंदा है ते क्रेडिट कार्ड की हुंदा है। सब तों पहलां असी गल करदे हां डेबिट कार्ड दी। असी अपने पैसों नूं बैंकां दे विच सेफ रखते हैं अते लोड़ पैण ते आपां समय समय सिर पैसे कढ़वाउंदे रहिंदे हां। इस लई डेबिट कार्ड सानूं जारी करदा है बैंक तां जो बैंक दे विच आण जाण वालियां दी पैसे कढ़वाउण वालियां दी जिहड़ी भीड है उह घट जावे। तुहानूं उह इक ATM कार्ड दे दिंदे ने जिहनूं असी कहिंदे हां डेबिट कार्ड। डेबिट कार्ड राहीं तुसीं ATM दे विच्चों जिन्ने चाहे पैसे कढ़वा सकदे हो लोड़ मुताबक। तो डेबिट कार्ड के नाल तुसी ऑनलाइन शॉपिंग या दुकाना ते जदों तुसी शॉपिंग करदे हो कार्ड मशीन ते स्वाइप करके भी पैसे तुसी उन्हां नूं दे सकदे हो पे कर सकदे हो। इस लई डेबिट कार्ड साडी सहूलत दे लई सानूं बैंक जारी करदा है और इस कार्ड नूं हैंडल करदियां ने कुछ कंपनियां जिवें कि मास्टर कार्ड वीज़ा कार्ड। ये ने फॉरन दियां कंपनीज़ जिहड़ियां कि बैंकां तों फीस लै के इन्हां कार्ड्स नूं उन्हां दे लई हैंडल करदियां ने ते साढ़े काम नूं सुखाला कर दिंदियां ने। ते इंडियन कंपनी जिहड़ी कि कुछ ही साल पहलां भारत सरकार दी दिशा निर्देशां अनुसार शुरू की गई है वह है रुपे। एक भारतीय कंपनी है जिहड़ी कि डेबिट कार्ड बैंकां दे लई हैंडल करती है। मन के चलिए कि साढ़े खाते दे विच 50,000 रुपए ने, असीं ATM कार्ड यानी कि जिहनूं मैं डेबिट कार्ड कह रहा उहदे राहीं ATM विच्चों 5,000 रुपए असीं कढ़वा ले। 2,000 रुपए दी असीं शॉपिंग कीती ਤਾਂ ਸਾਡੇ ਖਾਤੇ ਵਿੱਚੋਂ 7,000 ਰੁਪਏ ਹੁਣ ਘੱਟ ਗਏ ਨੇ, ਯਾਨੀ ਕਿ ਸਾਡੇ ਹੀ ਪੈਸੇ ਅਸੀਂ ਵਰਤ ਰਹੇ ਹਾਂ ਪਲਾਸਟਿਕ ਮਨੀ ਜਿਹਨੂੰ ਕਹਿ ਦਿੰਦੇ ਹਾਂ ਡੈਬਿਟ ਕਾਰਡ ਰਾਹੀਂ। ਡੈਬਿਟ ਕਾਰਡ ਆਮ ਤੌਰ 'ਤੇ ਤੁਹਾਨੂੰ ਸਾਰਿਆਂ ਨੂੰ ਹੁਣ ਸਮਝ ਆ ਗਿਆ ਹੋਣਾ ਕਿ ਜਿਹੜੇ ATMs ਅਸੀਂ ਯੂਜ਼ ਕਰਦੇ ਹਾਂ ਜਿਹਦੇ ਨਾਲ ਅਸੀਂ ਪੈਸੇ ਕਢਵਾਉਂਦੇ ਹਾਂ ਸ਼ੋਪਿੰਗ ਕਰਦੇ ਹਾਂ ਸਾਡੇ ਹੀ ਪੈਸੇ ਅਸੀਂ ਵਰਤੋਂ 'ਚ ਲੈ ਕੇ ਆ ਰਹੇ ਹਾਂ ਉਸ ਨੂੰ ਅਸੀਂ ਕਹਿੰਦੇ ਹਾਂ ਡੈਬਿਟ ਕਾਰਡ। ਹੁਣ ਦੋਸਤੋ ਗੱਲ ਕਰਦੇ ਹਾਂ ਕ੍ਰੈਡਿਟ ਕਾਰਡ ਬਾਰੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਕ੍ਰੈਡਿਟ ਕਾਰਡ ਹੁੰਦਾ ਕੀ ਹੈ। ਕ੍ਰੈਡਿਟ ਕਾਰਡ ਇੱਕ ਤਰ੍ਹਾਂ ਬੈਂਕ ਵੱਲੋਂ ਦਿੱਤੇ ਗਏ ਲੋਨ ਦੀ ਤਰ੍ਹਾਂ ਹੁੰਦਾ ਹੈ। ਮੰਨ ਕੇ ਚੱਲੀਏ ਕਿ ਬੈਂਕ ਨੇ ਤੁਹਾਨੂੰ 50,000 ਰੁਪਏ ਦਾ ਕ੍ਰੈਡਿਟ ਕਾਰਡ ਦੇ ਦਿੱਤਾ ਹੈ। 50,000 ਤੁਹਾਡੇ ਖਾਤੇ ਵਿੱਚ ਨਹੀਂ ਹੈਗੇ, ਤੁਹਾਡੇ ਖਾਤੇ ਵਿੱਚ ਹੈਗੇ ਹੈ 0 ਪੈਸੇ। ਬੈਂਕ ਨੇ ਤੁਹਾਨੂੰ 50,000 ਦਾ ਇੱਕ ਕ੍ਰੈਡਿਟ ਕਾਰਡ ਦੇ ਦਿੱਤਾ ਹੈ ਅਤੇ ਇਹਦਾ ਮਤਲਬ ਇਹ ਹੋਇਆ ਕਿ ਤੁਹਾਨੂੰ 50,000 ਰੁਪਏ ਬੈਂਕ ਨੇ ਇੱਕ ਤਰ੍ਹਾਂ ਲੋਨ ਦੇ ਦਿੱਤਾ ਹੈ। ਜਿਵੇਂ ਜਿਵੇਂ ਤੁਸੀਂ ਉਹਦੀ ਵਰਤੋਂ ਕਰੋਗੇ ਤਿਉਂ ਤਿਉਂ ਤੁਹਾਡਾ ਬਿੱਲ ਬਣਦਾ ਰਹੇਗਾ ਅਤੇ ਤੁਹਾਨੂੰ ਬੈਂਕ ਨੂੰ ਵਾਪਸ ਕਰਨਾ ਪਏਗਾ। ਇਹ ਮੈਂ ਤੁਹਾਨੂੰ ਸਮਝਾਉਣਾ ਇੱਕ ਐਗਜ਼ੈਂਪਲ ਦੇ ਕੇ। ਮੰਨ ਕੇ ਚੱਲੀਏ ਬੈਂਕ ਨੇ ਤੁਹਾਨੂੰ 25,000 ਦਾ ਕ੍ਰੈਡਿਟ ਕਾਰਡ ਦੇ ਦਿੱਤਾ ਹੈ। ਜੇਕਰ ਤੁਸੀਂ ਉਹਦੀ ਵਰਤੋਂ ਨਹੀਂ ਕਰ ਰਹੇ ਤਾਂ ਤੁਹਾਨੂੰ ਕੋਈ ਚਾਰਜਿਸ ਉਹਦੇ 'ਤੇ ਨਹੀਂ ਪੈ ਰਹੇ। ਕੁਝ ਕ੍ਰੈਡਿਟ ਕਾਰਡ ਦੀ ਐਨੂਅਲ ਫੀਸ ਹੁੰਦੀ ਹੈ 250 ਰੁਪਏ 500 ਰੁਪਏ, ਉਹ ਤੁਹਾਨੂੰ ਇੱਕ ਵਾਰੀ ਭਰਨੀ ਪੈਂਦੀ ਹੈ। ਹੁਣ 25,000 ਦੇ ਵਿੱਚੋਂ ਮੰਨ ਕੇ ਚੱਲੋ ਤੁਸੀਂ ਸ਼ੋਪਿੰਗ ਕਰ ਆਏ 3,000 ਦੀ, ਰਹਿ ਗਏ 22,000। ਇਹਦਾ ਮਤਲਬ ਇਹ ਹੋ ਗਿਆ ਜਦੋਂ ਹੀ ਤੁਸੀਂ ਕਾਰਡ ਦੇ ਰਾਹੀਂ 3,000 ਦੀ ਵਰਤੋਂ ਕੀਤੀ ਤੁਸੀਂ ਉਹ 25,000 ਚੋਂ 3,000 ਦਾ ਲੋਨ ਜਿਹੜਾ ਹੈ ਵਰਤ ਲਿਆ। ਹੁਣ ਬੈਂਕ ਕੀ ਕਰਦਾ, ਉਸ ਨੂੰ ਮਹੀਨੇ ਬਾਅਦ ਸਟੇਟਮੈਂਟ ਦੇ ਵਿੱਚ ਕੈਲਕੂਲੇਟ ਕਰਦਾ। ਮੰਨ ਕੇ ਚੱਲੀਏ ਕਿ ਇਹ ਜਿਹੜਾ ਬਿੱਲ ਸਾਈਕਲ ਹੈ ਇਹ ਹੈ 1 ਤੋਂ ਲੈ ਕੇ 30 ਤਰੀਕ ਤੱਕ, ਤਾਂ ਮਹੀਨੇ ਦੇ ਅਖੀਰ ਦੇ ਵਿੱਚ ਬੈਂਕ ਇੱਕ ਸਟੇਟਮੈਂਟ ਭੇਜ ਕੇ ਤੁਹਾਨੂੰ ਦੱਸਦਾ ਕਿ ਤੁਸੀਂ ਕ੍ਰੈਡਿਟ ਕਾਰਡ ਵਿੱਚੋਂ 3,000 ਰੁਪਏ ਵਰਤ ਲਏ ਨੇ। ਕੁਝ ਬੈਂਕ 15 ਦਿਨ ਅਤੇ ਕੁਝ ਬੈਂਕ 20 ਦਿਨ ਫਿਰ ਤੁਹਾਨੂੰ ਦਿੰਦੇ ਨੇ ਕਿ ਤੁਸੀਂ ਜਿਹੜਾ ਹੈ ਇਸ ਨੂੰ ਵਾਪਸ ਕਰ ਦਵੋ। ਇਹਦੇ 'ਤੇ ਤੁਹਾਨੂੰ ਕੋਈ ਚਾਰਜਿਸ ਨਹੀਂ ਪੈਂਦੇ, ਇਹਦੇ 'ਤੇ ਕੋਈ ਇੰਟਰਸਟ ਰੇਟ ਨਹੀਂ ਪੈਂਦਾ। ਜੇ ਤੁਸੀਂ ਉਹ ਸਮੇਂ ਸਿਰ ਜਿਹੜਾ ਤੁਹਾਨੂੰ ਬੈਂਕ ਨੇ ਦਿੱਤਾ ਤੁਸੀਂ ਉਹਨੂੰ ਭਰ ਦਿਉ 3,000 ਰੁਪਏ ਨੂੰ ਮੰਨ ਕੇ ਚੱਲੀਏ, ਤਾਂ ਤੁਹਾਨੂੰ ਉਹਦੇ 'ਤੇ ਕੋਈ ਚਾਰਜਿਸ ਨਹੀਂ ਪੈਂਦੇ। ਮੰਨ ਕੇ ਚੱਲੀਏ ਕਿ ਜਿਹੜਾ ਅਸੀਂ 3,000 ਰੁਪਏ ਦਾ ਖਰਚਾ ਕੀਤਾ ਹੈ ਉਸ ਲਈ ਸਾਨੂੰ 45 ਤੋਂ 50 ਦਿਨ ਮੋੜਨ ਦੇ ਲਈ ਮਿਲ ਗਏ ਨੇ। ਪਰ ਜੇਕਰ ਅਸੀਂ ਉਸ ਰਕਮ ਨੂੰ ਸਮੇਂ ਸਿਰ ਨਹੀਂ ਮੋੜਦੇ ਤਾਂ ਬੈਂਕ ਉਹਦੇ 'ਤੇ ਮੋਟੇ ਚਾਰਜਿਸ ਲਗਾਉਂਦਾ ਹੈ। ਇੱਥੋਂ ਹੀ ਬੈਂਕ ਜਿਹੜੇ ਨੇ ਕਮਾਈ ਕਰਦੇ ਨੇ। ਹੁਣ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਕ੍ਰੈਡਿਟ ਕਾਰਡ ਕਿਵੇਂ ਕੰਮ ਕਰਦਾ ਹੈ। ਮੈਂ ਤੁਹਾਨੂੰ ਇਹ ਦੱਸਦਾ ਕਿ ਕ੍ਰੈਡਿਟ ਕਾਰਡ ਬੈਂਕ ਹਰ ਕਿਸੇ ਨੂੰ ਨਹੀਂ ਜਾਰੀ ਕਰਦਾ। ਬੈਂਕ ਇਹ ਦੇਖਦਾ ਕਿ ਤੁਸੀਂ ਆਪਣੇ ਖਾਤੇ 'ਚ ਪੈਸੇ ਮੇਨਟੇਨ ਕਰਦੇ ਹੋ ਜਾਂ ਨਹੀਂ। ਬੈਂਕ ਸੈਲਰੀਡ ਜਿਹੜੇ ਨੇ ਉਹਨਾਂ ਨੂੰ, ਯਾਨੀ ਕਿ ਜਿਹੜੇ ਸੈਲਰੀ ਲੈਣ ਵਾਲੇ ਨੇ ਜਿਨ੍ਹਾਂ ਨੂੰ ਰੈਗੂਲਰ ਸੈਲਰੀ ਮਿਲਦੀ ਹੈ ਉਹਨਾਂ ਨੂੰ ਵੀ ਪ੍ਰੈਫਰ ਕਰਦਾ ਹੈ ਕਿ ਕ੍ਰੈਡਿਟ ਕਾਰਡ ਜਾਰੀ ਕੀਤਾ ਜਾਵੇ ਤਾਂ ਜੋ ਉਹ ਸਮੇਂ ਸਿਰ ਆਪਣੀ ਕਿਸ਼ਤਾਂ ਆਪਣੇ ਪੈਸੇ ਭਰਦਾ ਰਹੇ। ਬੈਂਕਸ ਜਿਹੜੇ ਨੇ ਕ੍ਰੈਡਿਟ ਕਾਰਡ 'ਤੇ ਤੁਹਾਨੂੰ EMI ਦੀ ਫੈਸਿਲਿਟੀ ਵੀ ਦਿੰਦੇ ਨੇ। ਮੰਨ ਕੇ ਚੱਲੀਏ ਕਿ ਤੁਸੀਂ ਜਿੱਦਾਂ ਮੈਂ ਪਿੱਛੇ ਐਗਜ਼ਾਮਪਲ ਦਿੱਤੀ 25,000 ਤੋਂ ਤੁਸੀਂ 20,000 ਇੱਕਦਮ ਖਰਚ ਲਿਆ, ਤੁਹਾਨੂੰ ਕੋਈ ਐਮਰਜੈਂਸੀ ਪੈ ਗਈ,
बट हुण जदों इहदी स्टेटमेंट बन गई, जदों इहदी ड्यू डेट आ गई, थोड़े कोल 20,000 भरन दे लई पैसे नहीं हैगे, तां कि बैंक तुहानू एक ऑप्शन दिंदा कि तुसीं इस 20,000 दीआं किश्तां करवा लो ते किश्तां दे विच पैसे भर दो, 6 महीने दी, 12 महीने दी, जिन्नी तुसीं चाहो। ते इहदे ते बैंक बहुत मोटा ब्याज लगांदा, 16% तो लैके 22% 26% तक इहदे ते ब्याज दे नाल थोड़े तों उहदी वसूली करदा। मैं दसदा कि क्रेडिट कार्ड की वरतों जिहड़ी है बड़े ही ध्यान दे नाल करनी जरूरी है। मैं ये सलाह नहीं दिंदा कि तुसी क्रेडिट कार्ड की ज़्यादा वरतों करो, इसनों इस तरीके नाल वरतो, अगले महीने जदों तुहानू इहदी पेमेंट करनी पवे तां तुहाडे कोलों पैसे जरूर होण। इसलिए क्रेडिट कार्ड की वरतों ज़्यादातर एमरजेंसी के टाइम की जानी चाहीदी है। क्रेडिट कार्ड एक सहूलत है, इसलिए थानू क्रेडिट कार्ड जे मिलता है तो लै लेना चाहिए, बट इहदी वरतों जिहड़ी है तुहानू समझदारी दे नाल ही करनी चाहीदी है। क्रेडिट कार्ड एक इहो जिहा पैसा है, एक इहो जिही मनी है जिहड़ी तुहाडे खाते च नहीं पई, पर बैंक ने तुहानू एक तरह लोन की तरह दे दित्ती है, तो जदों तुसी चाहो इहदी वरतों कर सकदे हो, पर तुहानू ये रकम जिहड़ी है हर महीने मोड़नी पैंदी है। इसलिए तुसी इहदी वरतों ध्यान नाल ही करो, ये मेरी तुहानू सलाह होवेगी। दोस्तों, मेरा मकसद सी इस वीडियो राही तुहानू डेबिट कार्ड ते क्रेडिट कार्ड के फर्क नू समझाउण दी। मैं आशा करदा कि तुहानू डेबिट कार्ड ते क्रेडिट कार्ड का फर्क हुण चंगी तरह समझ आ गया होवेगा। आशा करदा कि ये वीडियो तुहानू चंगी लगी होवेगी। इस वीडियो नू लाइक जरूर करो, कोई भी सवाल थोड़े मन च आंदा है तो कमेंट बॉक्स के विच कमेंट जरूर करो, इस वीडियो नू शेयर जरूर करो। इस चैनल ते असीं बहुत सारियां वीडियोज़ पाने रहने हां तां जो तुहाडी जानकारी दे विच वाधा कर सकी। जेकर तुहानू साडी वीडियोज़ भी चंगीआं लग रहीआं ने बाकी तां साडा चैनल सबसक्राइब भी जरूर करियो। इसे दे नाल मिलदे हां अगली किसी होर वीडियो दे विच, तुहाडी जानकारी दे विच वाधा करन दे लई। हुण लई तुहाडा सब दा धन्नवाद।